ने जिहड़ी गदर लहर दी 213 दे विच शताब्दी आदी सीगी उहदे वास्ते एक बुक लिखदे सीगे। उह बुक एक साहित अकैडमी वल्लों प्रकाशित करनी जिथे जिहदे विच दुनिया भर दे 52 जिहड़े उहनां ने साहितकार विद्वान जिहड़े दुनिया दीआं वख-वख यूनिवर्सिटीआं दे विच सीगे उहनां दी उहनां ने लिस्ट बना के उहनां नूं ड्यूटी लाई सीगी ते 26 आर्टिकल उह किताब दे विच आ चुके सीगे नूर साहब दे कोलों। गदर मूवमेंट दा जिहड़ा अज दे ਪੰਜਾਬੀ ਸੰਦਰਭ ਦੇ ਵਿੱਚ ਵੀ ਇਹਨੂੰ ਕਿੱਦਾਂ ਵੇਖਿਆ ਜਾਣਾ ਚਾਹੀਦਾ, ਵਰਲਡ ਵਾਈਡ ਸੰਸਾਰ ਲੈਵਲ ਦੇ ਉੱਤੇ ਵੀ ਇਹ ਮੂਵਮੈਂਟ ਦਾ ਬੜਾ ਵੱਡਾ ਇੱਕ ਯੋਗਦਾਨ ਹੈ। ਉਹ ਇੱਕ ਬੜਾ ਵੱਡਾ ਕੰਮ ਕਰ ਰਹੇ ਸੀ ਤੇ ਮੈਨੂੰ ਜਾਤੀ ਤੌਰ ਤੇ ਇੱਕ ਬੜਾ ਉਹ ਘਾਟਾ ਲੱਗਾ ਕਿ ਅਸੀਂ ਉਹ ਕਿਤਾਬ ਜਿਹੜੀ ਆਡਿਟ ਕਰ ਰਹੇ 213 ਦੇ ਵਿੱਚ ਉਹ ਕਿਤਾਬ ਅਸੀਂ ਸਾਹਿਤ ਅਕੈਡਮੀ ਦਿੱਲੀ ਵੱਲੋਂ ਰਿਲੀਜ਼ ਕਰਨੀ ਸੀਗੀ। 26 ਆਰਟੀਕਲ ਉਹਨਾਂ ਨੇ ਮੈਨੂੰ ਬਿਮਾਰ ਹੋਣ ਤੋਂ 2 ਦਿਨ ਪਹਿਲਾਂ ਹੀ ਦੱਸਿਆ ਕਿ 26 ਆਰਟੀਕਲ ਜਿਹੜੇ ਕੁਲਦੀਪ ਆ ਗਿਆ ਤੇ 26 ਇਹਦੇ ਰਹਿੰਦੇ ਆ। ਔਰ ਉਹਦੇ ਵਿੱਚ ਕੋਈ 12-13 ਉਹ ਵਿਦਵਾਨ ਸੀਗੇ ਜਿਹੜੇ ਗੋਰੇ ਵਿਦਵਾਨ ਸੀਗੇ ਵੱਖ ਵੱਖ ਯੂਨੀਵਰਸਿਟੀਆਂ ਦੇ ਜਿਨ੍ਹਾਂ ਨੇ ਗਦਰ ਲਹਿਰ ਦੇ ਉੱਤੇ ਕੰਮ ਕੀਤਾ। ਕੋਈ ਲੰਡਨ ਦੇ ਸੀਗੇ, ਪੋਲੈਂਡ ਦਾ ਸੀਗਾ, ਇੱਕ ਇੱਥੇ ਹੀ LA ਦਾ ਸੀਗਾ, ਇਦਾਂ ਦੇ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੇ ਉਹ ਬੰਦੇ ਜਿਹੜੇ ਸਿਲੈਕਟ ਕੀਤੇ ਸੀ। ਸੋ ਮੈਂ ਆਪਣੀ ਸੰਸਥਾ ਵੱਲੋਂ ਸਾਰੇ ਪੰਜਾਬੀਆਂ ਵੱਲੋਂ ਮਤਲਬ ਇਹ ਗੱਲ ਲਈ ਉਹਨਾਂ ਨੂੰ ਅੱਜ ਦੇ ਮੌਕੇ ਦੇ ਉੱਤੇ ਮਤਲਬ ਜਿਹੜਾ ਉਹ ਸ਼ਰਧਾਂਜਲੀ ਭੇਟ ਕਰਦਾ। ਔਰ ਬੜੇ ਬੜੇ ਲੋਕ ਅੱਛੇ, ਉਹਨਾਂ ਦੀ ਦੋਸਤੀ ਪਿਆਰ ਕਿੱਦਾਂ ਦਾ ਪਿਆਰ ਸੀਗਾ ਮੈਂ ਤੁਹਾਨੂੰ ਦੱਸਦਾ ਕਿ ਪਿੱਛੇ ਤੁਹਾਡੇ ਕੋਲ ਫੋਟੋ ਖਿੱਚ ਰਹੇ ਸੀਗੇ, ਲੌਂਗਮੈਨ ਸਾਹਿਬ ਬੈਠੇ ਆ। ਇਹ ਦਿੱਲੀ ਦੇ ਵਿੱਚ ਇਹਨਾਂ ਦਾ ਸਟੂਡੀਓ ਹੁੰਦਾ ਸੀਗਾ ਤੇ ਇਹ ਵੀ ਉਹਨਾਂ ਦੇ ਇੰਨੇ ਪਿਆਰੇ ਮਿੱਤਰ ਸੀਗੇ। ਜਦੋਂ ਨੂਰ ਸਾਹਿਬ ਇੱਥੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਕਿਹੜੇ ਕਿਹੜੇ ਬੰਦੂਕਾਂ ਨੂੰ ਤੁਸੀਂ ਮਿਲਣਾ। ਉਹ ਕਹਿੰਦੇ ਯਾਰ ਮੈਂ ਗੁਰੂ ਮੇਲ ਨੂੰ ਮਿਲਣਾ, ਡਾਕਟਰ ਆਤਮਜੀਤ ਨੂੰ ਮਿਲਣਾ, ਇੱਕ ਕਹਿੰਦੇ ਮੇਰਾ ਕੰਬੋਜ ਕੋ, ਮੈਂ ਵਾਪਸ ਜਦੋਂ ਗੁਰੂ ਮੇਲ ਕੋ ਗਿਆ ਮੈਂ ਕੰਬੋਜ ਕੋ ਆਉਣਾ, ਤੇ ਇੱਕ ਕਹਿੰਦੇ ਲੌਂਗਮੈਨ ਨੂੰ ਮੈਂ ਮਿਲਣਾ, ਸਾਡੇ ਦਿੱਲੀ ਦਾ ਬੜਾ ਟੌਪ ਦਾ ਫੋਟੋਗ੍ਰਾਫਰ ਸਾਡਾ ਪੁਰਾਣਾ ਦੋਸਤ ਸੀਗਾ ਤੇ ਉਹਨੂੰ ਮੈਂ ਮਿਲ ਕੇ ਜਾਣਾ। ਸੋ ਦੇਖੋ ਲੌਂਗਮੈਨ ਸਾਹਿਬ ਅੱਜ ਅਖਬਾਰ ਚੋਂ ਪੜ੍ਹ ਕੇ ਫਿਰ ਉਹਨਾਂ ਦੇ ਦੋਸਤ ਦੀ ਜਿਹੜੀ ਸੋਕ ਸਭਾ ਹੋਈ ਆ ਉਹ ਮਤਲਬ ਚੇਚੇ ਸੈਕਰਾਮੈਂਟੋ ਤੋਂ ਆਏ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਤੁਹਾਡੇ ਨਾਲ ਸਾਰਿਆਂ ਨਾਲ ਹੀ ਇਹ ਸਾਂਝ ਪੈਦਾ ਕਰਦਾ ਹੋਇਆ ਇਹ ਗੱਲ ਕਹਿੰਦਾ ਕਿ ਜਿਹੜਾ ਗਦਰ ਮੂਵਮੈਂਟ ਦੇ ਉੱਤੇ ਜਿਹੜਾ ਕੁਛ ਕਰਨਾ ਚਾਹੁੰਦੇ ਸੀ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਸੁਰਜੀਤ ਪਾਤਰ ਹੋਣਾ ਦੇ ਨਾਲ ਰਲ ਕੇ ਤੁਹਾਡੇ ਨਾਲ ਰਲ ਕੇ ਉਹ ਲੋਕਾਂ ਨਾਲ ਰਲ ਕੇ 213 ਦੇ ਵਿੱਚ ਇੱਕ ਕਿਤਾਬ ਜਿਹੜੀ ਆ ਜਿਹੜੀ ਉਹ ਦੂਰੀ ਛੱਡ ਗਏ ਆ ਉਹਨੂੰ ਪਬਲਿਸ਼ ਕਰਾਂਗੇ ਔਰ ਆਪਣੀ ਸੰਸਥਾ ਤੋਂ ਕਰਾਂਗੇ ਔਰ ਉਹਨਾਂ ਨੂੰ ਸਮਰਥਨ ਕਰਾਂਗੇ ਉਹ ਕਿਤਾਬ ਜਿਹੜੀ ਆ। ਮੇਰਾ ਖਿਆਲ ਹੈ ਕਿ ਇਹੀ ਉਹਨਾਂ ਨੂੰ ਸੱਚੀ ਜਿਹੜੀ ਹੈ ਉਹ ਸ਼ਰਧਾਂਜਲੀ ਹੈ। ਧੰਨਵਾਦ।